ਆਪ ਸਰਬੱਤ ਸੰਗਤਾਂ ਬੜੇ ਵੱਡਿਆਂ ਭਾਗਾਂ ਵਾਲੇ ਹੋ ਜੋ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ 'ਤੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ, ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਬਾਜਾਂ ਵਾਲੇ ਸਤਿਗੁਰੂ ਦੀ ਕਿਰਪਾ ਦਾ ਸਦਕਾ, ਉਹਨਾਂ ਦੀ ਰਹਿਮਤ ਦਾ ਸਦਕਾ ਆਪ ਸਰਬੱਤ ਸੰਗਤਾਂ ਦਾ ਇੱਥੇ ਆਉਣਾ ਹੋਇਆ। ਇਸ ਗੱਲ ਦਾ ਰੱਬ ਦੇ ਪਿਆਰਿਓ ਭਾਈ ਗੁਰਦਾਸ ਜੀ ਨਿਰਣਾ ਕਰਦੇ ਆ, ਇਹਦੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਕੋਟ ਪੈਂਡਾ ਸਤਿਗੁਰ ਆਗੇ ਹੋਏ ਲੈਂਦਾ ਹੈ। ਸਤਿਗੁਰੂ ਕਹਿੰਦੇ ਮੇਰੇ ਘਰ ਵੱਲ ਨੂੰ ਇੱਕ ਕਦਮ ਤੁਰ, ਮੈਂ ਕੋਲੋਂ ਹੀ ਕਦਮ ਤੈਨੂੰ ਮੂਹਰੇ ਲੈਣ ਜਾਂਦਾ ਹੈ। ਗੁਰੂ ਕੇ ਪਿਆਰਿਓ, ਆਪ ਜਿਸ ਗੁਰਦੁਆਰਾ ਸਾਹਿਬ ਵਿਖੇ ਸੱਜੇ ਹੋਏ ਹੋ, ਇਹ ਗੁਰਦੁਆਰਾ ਸਾਹਿਬ ਮਾਤਾ ਜੀਤ ਕੌਰ ਜੀ, ਮਾਤਾ ਜੀਤੋ ਜੀ ਦੀ ਪਾਵਨ ਪਵਿੱਤਰ ਯਾਦ ਦੇ ਵਿੱਚ ਸੁਸ਼ੋਭਿਤ ਹੈ। ਆਓ ਗੁਰੂ ਕੇ ਪਿਆਰਿਓ, ਆਪਾਂ ਗੁਰੂ ਇਤਿਹਾਸ ਨਾਲ ਜੁੜੀਏ, ਗੱਜ ਵੱਜ ਕੇ ਬੁਲੰਦ ਆਵਾਜ਼ ਵਿੱਚ ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੇ ਪਿਆਰਿਓ, ਇਤਿਹਾਸ ਦੇ ਅਨੁਸਾਰ ਮਾਤਾ ਜੀਤ ਕੌਰ ਜੀ ਦਾ ਵਿਆਹ 23 ਹਾੜ ਸੰਮਤ 1734 ਦੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ 'ਤੇ ਗੁਰੂ ਕਾ ਲਾਹੌਰ ਲਿਖਿਆ ਹੋਇਆ। ਮਾਤਾ ਜੀ ਲਾਹੌਰ ਦੇ ਸਨ, ਫਿਰ ਸਤਿਗੁਰਾਂ ਨੇ ਇੱਥੇ ਗੁਰੂ ਕੇ ਲਾਹੌਰ ਦੀ ਸਥਾਪਨਾ ਕੀਤੀ ਅਤੇ ਸ਼ਾਦੀ ਹੋਈ। ਇਤਿਹਾਸਕਾਰ ਲਿਖਦਾ ਕਿ ਇੱਕ ਦਿਨ ਮਾਤਾ ਜੀਤ ਕੌਰ ਜੀ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਮਹਾਰਾਜ ਕਿਰਪਾ ਕਰੋ, ਸਾਨੂੰ ਵੀ ਸੁਰਤੀ ਜੋੜਨ ਦੀ ਵਿਧੀ ਦੱਸੋ, ਜੁਗਤੀ ਦੱਸੋ। ਸਤਿਗੁਰਾਂ ਨੇ ਵਿਧੀ ਦੱਸੀ ਹੈ, ਮਾਤਾ ਜੀ ਦੀ ਸੁਰਤੀ ਜੁੜੀ ਹੋਈ ਹੈ, ਨਾਲ ਹੀ ਅੰਤਰਜਾਮੀ ਸਤਿਗੁਰੂ ਜੀ ਨੇ ਉਹਨਾਂ ਨੂੰ ਦਿਵ ਦ੍ਰਿਸ਼ਟੀ ਦੇ ਨਾਲ ਆਉਣ ਵਾਲਾ ਸਮਾਂ ਵਿਖਾਉਣਾ ਸ਼ੁਰੂ ਕਰ ਦਿੱਤਾ। ਗੁਰੂ ਕੇ ਪਿਆਰਿਓ, ਮਾਤਾ ਜੀ ਜੁੜੀ ਹੋਈ ਸੁਰਤੀ ਦੇ ਵਿੱਚ ਕੀ ਵੇਖ ਰਿਹਾ ਆਪਾਂ? ਕਲਗੀਆਂ ਵਾਲੇ ਪਾਤਸ਼ਾਹ ਦਾ ਇਤਿਹਾਸ ਬੜੀ ਵਾਰ ਸੁਣਿਆ ਹੋਵੇਗਾ, ਬਹੁਤ ਲੰਮਾ ਇਤਿਹਾਸ ਹੈ, ਬੜਾ ਦਰਦਨਾਕ ਇਤਿਹਾਸ ਹੈ, ਬੜਾ ਦੁੱਖਾਂ ਭਰਿਆ ਇਤਿਹਾਸ ਹੈ, ਬੜਾ ਕੁਰਬਾਨੀਆਂ ਵਾਲਾ ਇਤਿਹਾਸ ਹੈ ਅਤੇ ਬੜਾ ਬਹਾਦਰੀ ਵਾਲਾ ਵੀ ਇਤਿਹਾਸ ਹੈ, ਕਿਉਂਕਿ ਜੇ ਹਾਥੀ ਨਾਲ ਮੁਕਾਬਲਾ ਕੀਤਾ ਤਾਂ ਬਚਿੱਤਰ ਸਿੰਘ ਸ਼ੇਰ ਨੇ ਇਸੇ ਇਤਿਹਾਸ ਦੇ ਵਿੱਚ ਕੀਤਾ, ਜੇ 1.25 ਲੱਖ ਨਾਲ ਮੁਕਾਬਲਾ ਇੱਕ ਨੇ ਕੀਤਾ ਹੈ ਤਾਂ ਇਸੇ ਇਤਿਹਾਸ 'ਚ ਕੀਤਾ, ਹੋਰ ਦੁਨੀਆਂ ਦਾ ਕੋਈ ਏਡਾ ਵੱਡਾ ਇਤਿਹਾਸ ਹੈ ਨਹੀਂ। ਗੁਰੂ ਕੇ ਪਿਆਰਿਓ, ਮਾਤਾ ਜੀ ਸੁਰਤੀ ਦੇ ਵਿੱਚ ਅਨੰਦਪੁਰ ਸਾਹਿਬ ਦਾ ਸਾਕਾ ਵੇਖ ਰਹੇ ਆ ਕਿ 22 ਧਰਦਿਆਂ ਰਾਜਿਆਂ ਨੇ ਲੋਹਗੜ੍ਹ ਦੇ ਕਿਲ੍ਹੇ ਨੂੰ ਘੇਰਾ ਪਾ ਲਿਆ ਹੈ, ਘੇਰਾ ਬੜਾ ਲੰਮਾ ਸਮਾਂ ਚੱਲ ਗਿਆ ਹੈ, ਕਿਲ੍ਹੇ ਦੇ ਵਿੱਚੋਂ ਰਾਸ਼ਨ ਪਾਣੀ ਖਤਮ ਹੋ ਗਿਆ ਹੈ। ਅਖੀਰ ਉਹਨਾਂ ਨੇ ਆਟੇ ਦੀ ਗਊ ਬਣਾ ਕੇ ਪਹਾੜੀ ਰਾਜਿਆਂ ਨੇ ਕਸਮਾਂ ਖਾਧੀਆਂ ਅਤੇ ਸਤਿਗੁਰ ਸਾਹਿਬ ਜੀ ਨੇ ਫਿਰ ਅਨੰਦਪੁਰ ਸਾਹਿਬ ਛੱਡਿਆ। ਇਸ ਤੋਂ ਅੱਗੇ ਮਾਤਾ ਜੀ ਵੇਖ ਰਹੇ ਕਿ ਅਨੰਦਪੁਰ ਸਾਹਿਬ ਨੂੰ ਛੱਡ ਕੇ ਸੰਗਤਾਂ ਸਰਸਾ ਨਦੀ ਨੂੰ ਪਾਰ ਕਰਨ ਲੱਗੀਆਂ, ਉਹ ਵੀ ਬੜਿਆਂ ਜ਼ੋਰਾਂ ਸ਼ੋਰਾਂ ਨਾਲ ਵਗ ਰਹੀ ਹੈ। ਜਿੱਥੇ ਮਾਤਾ ਗੁੱਜਰ ਕੌਰ ਜੀ ਛੋਟੇ ਸਾਹਿਬਜ਼ਾਦੇ ਇੱਕ ਪਾਸੇ ਚਲੇ ਜਾਂਦੇ ਆ, ਵੱਡੇ ਸਾਹਿਬਜ਼ਾਦੇ ਬਾਜਾਂ ਵਾਲਾ ਸਤਿਗੁਰੂ ਇੱਕ ਪਾਸੇ ਚਲੇ ਜਾਂਦੇ ਆ, ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ ਜੋ ਖਾਲਸੇ ਦੇ ਮਾਤਾ ਜੀ ਹੈ, ਉਹਨਾਂ ਦੇ ਨਾਲ ਕੁਝ ਕੁ ਸਿੱਖ ਸੰਗਤਾਂ ਵਾ ਉਹ ਇੱਕ ਪਾਸੇ ਚਲੇ ਜਾਂਦੇ ਆ। ਇੱਥੇ ਬਾਜਾਂ ਵਾਲੇ ਦਾ ਪਰਿਵਾਰ ਜਿਹੜਾ ਵਾ ਉਹ 3 ਹਿੱਸਿਆਂ 'ਚ ਵੰਡਿਆ ਜਾਂਦਾ ਹੈ, ਜਿੱਥੇ ਹੁਣ ਪਰਿਵਾਰ ਵਿਛੋੜਾ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਇਸ ਤੋਂ ਅੱਗੇ ਮਾਤਾ ਜੀ ਚਮਕੌਰ ਦੀ ਗੜੀ ਦਾ ਸਾਕਾ ਵੇਖ ਰਹੇ ਆ, ਜਿਸ ਨੂੰ ਆਪਾਂ ਅੱਜ ਕੱਲ੍ਹ ਚਮਕੌਰ ਸਾਹਿਬ ਬੋਲਦੇ ਹਾਂ। ਗੜੀ ਦੀ ਕੱਚੀ ਹਵੇਲੀ ਦੇ ਵਿੱਚ ਬਾਜਾਂ ਵਾਲੇ ਦੇ ਸਮੇਤ ਕੇਵਲ ਅਤੇ ਕੇਵਲ 40 ਤੋਂ 42 ਸਿੰਘਾਂ ਦੀ ਗਿਣਤੀ ਹੈ, ਜਿਨ੍ਹਾਂ ਨੂੰ ਫੜਨ ਦੇ ਵਾਸਤੇ ਮੁਗਲ ਸੈਨਾ ਜਿਹੜੀ ਉਹ 10 ਲੱਖ ਦਾ ਘੇਰਾ ਪਾ ਕੇ ਬੈਠੀ ਹੋਈ ਹੈ। ਮਾਤਾ ਜੀ ਸੁਰਤੀ ਦੇ ਵਿੱਚ ਬੜਾ ਵੱਡਾ ਘੇਰਾ ਵੇਖ ਰਹੇ ਆ, ਬੜਾ ਵੱਡਾ ਜੰਗ ਯੁੱਧ ਹੁੰਦਾ ਵੇਖੀ ਜਾ ਰਹੇ ਆ, ਜਿਸ ਦੇ ਵਿੱਚ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਨੂੰ ਵੈਰੀਆਂ ਨਾਲ ਲੜਦਿਆਂ ਮਾਤਾ ਜੀ ਸ਼ਹੀਦ ਹੁੰਦੇ ਵੇਖ ਰਹੇ। ਇਸ ਤੋਂ ਅੱਗੇ ਮਾਤਾ ਜੀ ਸਰਹੰਦ ਦਾ ਸਾਕਾ ਵੇਖ ਰਹੇ ਆ ਕਿ ਮਾਤਾ ਗੁੱਜਰ ਕੌਰ ਜੀ ਛੋਟੇ ਸਾਹਿਬਜ਼ਾਦੇ ਸੂਬਾ ਸਰਹੰਦ ਦੇ ਕੋਲ ਗ੍ਰਿਫਤਾਰ ਹੋਏ ਆ, ਜਿਨ੍ਹਾਂ ਨੂੰ ਕੁਝ ਹੀ ਦਿਨਾਂ ਦੇ ਬਾਅਦ ਨੀਹਾਂ 'ਚ ਚਿਣਕੇ ਸ਼ਹੀਦ ਕਰਦੇ ਵੇਖਿਆ ਗਿਆ। ਇਹ ਜਦੋਂ ਖਬਰ ਮਾਤਾ ਗੁੱਜਰ ਕੌਰ ਜੀ ਸੁਣਦੇ ਆ, ਉਹ ਠੰਡੇ ਬੁਰਜ ਦੇ ਵਿੱਚ ਹੀ ਐ ਮਨੁੱਖਾ ਜਾਮਾ ਛੱਡ ਕੇ ਸੱਚਖੰਡ ਚਲੇ ਜਾਂਦੇ ਆ। ਸੋ ਗੁਰੂ ਕੇ ਪਿਆਰਿਓ, ਮਾਤਾ ਜੀਤ ਕੌਰ ਜੀ ਜੁੜੀ ਹੋਈ ਸੁਰਤੀ ਦੇ ਵਿੱਚ ਇਹ ਦੁੱਖਾਂ ਭਰੀ ਵਾਰਤਾ ਨੂੰ ਵੇਖੀ ਜਾ ਰਹੇ ਆ, ਵੇਖੀ ਜਾ ਰਹੇ ਆ। ਜਦੋਂ ਵਾਰਤਾ ਦੀ ਸਮਾਪਤੀ ਹੋਈ, ਮਾਤਾ ਜੀ ਦੀ ਸੁਰਤੀ ਖੁੱਲ੍ਹੀ, ਮਾਤਾ ਜੀ ਬੜੇ ਚਿੰਤਾਜਨਕ ਬਾਜਾਂ ਵਾਲੇ ਸਤਿਗੁਰੂ ਨੂੰ ਕਹਿਣ ਲੱਗੇ ਕਿ ਮਹਾਰਾਜ ਸੁਪਨਾ ਬੜਾ ਭਿਆਨਕ ਵੇਖਿਆ ਹੈ, ਬੜੇ ਦੁੱਖ ਤਸੀਹੇ ਵੇਖੇ ਆ, ਸਾਰੀ ਵਾਰਤਾ ਦੱਸੀ ਅਤੇ ਦੱਸ ਕੇ ਪੁੱਛਣ ਲੱਗੇ ਕਿ ਮਹਾਰਾਜ ਇਹ ਦੱਸੋ ਕਿ ਇਹ ਅਸਾਂ ਨੇ ਕੇਵਲ ਅਤੇ ਕੇਵਲ ਇੱਕ ਸੁਪਨਾ ਹੀ ਵੇਖਿਆ ਕਿ ਹਕੀਕਤ ਵੇਖੀ ਹੈ? ਅਤੇ ਸਤਿਗੁਰੂ ਕਹਿਣ ਲੱਗੇ, ਤੁਸਾਂ ਨੇ ਜੋ ਕੁਝ ਵੀ ਵੇਖਿਆ ਸੁਪਨਾ ਨਹੀਂ ਵੇਖਿਆ, ਤੁਸਾਂ ਹਕੀਕਤ ਵੇਖੀ ਹੈ, ਅਸਲੀਅਤ ਵੇਖੀ ਹੈ। ਤੁਸਾਂ ਨੇ ਉਹ ਸਮਾਂ ਵੇਖ ਲਿਆ ਜੋ ਆਪਣੇ 'ਤੇ ਬੀਤਣ ਵਾਲਾ ਹੈ, ਬੀਤ ਜਾਣਾ ਬੀਤ ਕੇ ਰਹਿਣਾ ਟਲਣਾ ਨਹੀਂ ਅਟਲ ਸੱਚਾਈ। ਜਦੋਂ ਇਹ ਬਚਨ ਸਤਿਗੁਰਾਂ ਦੇ ਮੁੱਖ 'ਚੋਂ ਮਾਤਾ ਜੀ ਸੁਣੇ ਤਾਂ ਫਿਰ ਮਾਤਾ ਜੀ ਨੇ ਅਰਜ਼ ਕੀਤੀ ਕਿ ਮਹਾਰਾਜ, ਅਸਾਂ ਨੇ ਤਾਂ ਇਹ ਦੁੱਖਾਂ ਦੀ ਘੜੀ ਇੱਕ ਨਹੀਂ ਵੇਖ ਲਈ ਹੈ, ਦੁਬਾਰਾ ਨਹੀਂ ਵੇਖਣੀ ਚਾਹੁੰਦੇ, ਅਤੇ ਜੇ ਇੱਦਾਂ ਹੀ ਹੋ ਜਾਣਾ ਵਾ ਤਾਂ ਸਾਡੇ ਕੋਲੋਂ ਏਡਾ ਵੱਡਾ ਸਾਕਾ ਸਹਿਣ ਨਹੀਂ ਹੋਣਾ, ਸਾਨੂੰ ਸੱਚਖੰਡ ਜਾਣ ਦੀ ਆਗਿਆ ਬਖਸ਼ੋ। ਬਾਜਾਂ ਵਾਲੇ ਸਤਿਗੁਰੂ ਨੇ ਹੁਕਮ ਕਰਤਾ ਕਿ ਤੁਸੀਂ ਸੱਚਖੰਡ ਜਾ ਸਕਦੇ ਜੇ। ਸੋ ਗੁਰੂ ਕੇ ਪਿਆਰਿਓ, ਮਾਤਾ ਜੀਤ ਕੌਰ ਜੀ 1380 ਸੰਮਤ 1757 ਦੇ ਵਿੱਚ ਇਹ ਮਨੁੱਖਾ ਜਾਮਾ ਛੱਡ ਕੇ ਸੱਚਖੰਡ ਚਲੇ ਗਏ, ਜਿਨ੍ਹਾਂ ਦਾ ਅੰਗੀਠਾ ਸਾਹਿਬ ਜਿਹੜਾ ਗੁਰਦੁਆਰਾ ਹੈ, ਇਹ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ 'ਤੇ, ਉੱਥੇ ਥੋੜ੍ਹੀ ਦੂਰੀ 'ਤੇ ਪਿੰਡ ਆਗਾਮਪੁਰਾ ਪੈਂਦਾ ਗੜ੍ਹ ਸ਼ੰਕਰ, ਅਤੇ ਉੱਥੇ ਜਿਸ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਸੱਜੀਆਂ ਹੋਈਆਂ ਵਾ, ਇਹ ਸੱਚਖੰਡ ਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਤਾਰਾ ਸਿੰਘ ਜੀ ਅਤੇ ਇਹਨਾਂ ਦੇ ਉੱਤਰਾਧਿਕਾਰੀ ਸੱਚਖੰਡ ਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਚਰਨ ਸਿੰਘ ਜੀ
ਕਾਰ ਸੇਵਾ ਸਰਿਆਣੀ ਸਾਹਿਬ ਵਾਲੇ ਜ਼ਿਲ੍ਹਾ ਤਰਨ ਤਾਰਨ ਪੰਜਾਬ, ਤਿੰਨਾਂ ਨੇ ਮਨ ਦੇ ਵਿੱਚ ਇੱਕ ਨਿਰਣਾ ਲਿਆ, ਇੱਕ ਪ੍ਰਣ ਕੀਤਾ ਕਿ ਮਾਤਾ ਜੀ ਦੀ ਇਸ ਜਗਤ ਨੂੰ ਬੜੀ ਵੱਡੀ ਦੇਣ ਹੈ, ਕਿਉਂਕਿ ਮਾਤਾ ਜੀ ਦੇ ਪਰਿਵਾਰ ਦੀ ਕੁਰਬਾਨੀ ਬਹੁਤ ਵੱਡੀ ਹੈ। ਇਹ ਤਾਂ ਗੁਰੂ ਕੇ ਪਿਆਰਿਓ ਆਪਾਂ ਸਾਰੀਆਂ ਸੰਗਤਾਂ ਹੀ ਜਾਣਦੇ ਹਾਂ ਕਿ ਬਾਜਾਂ ਵਾਲੇ ਸਤਿਗੁਰ ਦੇ ਪਰਿਵਾਰ ਦੀ ਕੁਰਬਾਨੀ ਦਾ ਸਦਕਾ ਹੀ ਅੱਜ ਸਾਡਾ ਦੇਸ਼ ਆਜ਼ਾਦ ਹੈ। ਸੋ ਉਹਨਾਂ ਨੇ ਮਾਤਾ ਜੀਤ ਕੌਰ ਜੀ ਦੀ ਪਾਵਣ ਪੁੱਤਰ ਯਾਦ ਨੂੰ ਹੋਣਾ ਇੱਥੇ ਜ਼ਰੂਰੀ ਸਮਝਿਆ। ਇਹ ਕਿਉਂ ਜ਼ਰੂਰੀ ਸਮਝਿਆ ਗਿਆ? ਕਿਉਂਕਿ ਇੱਥੇ ਹਰ ਰੋਜ਼ ਹੀ ਸਾਰੇ ਹੀ ਜਗਤ ਤੋਂ ਅਣਗਿਣਤੀ ਸੰਗਤਾਂ ਜਿਹੜੀਆਂ ਵਾ ਉਹ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕਰਨ ਆਉਂਦੀਆਂ ਹੈ, ਤਾਂ ਜੋ ਸੰਗਤਾਂ ਮਾਤਾ ਜੀਤ ਕੌਰ ਜੀ ਦੇ ਇਤਿਹਾਸ ਤੋਂ ਜਾਣੂ ਰਹਿਣ। ਮਾਤਾ ਜੀਤ ਕੌਰ ਜੀ ਦੀ ਜੋ ਜੀਵਨ ਗਾਥਾ ਹੈ ਉਹ ਸੰਗਤਾਂ ਨੂੰ ਚੇਤੇ ਰਵੇ, ਸੰਗਤਾਂ ਉਸ ਜੀਵਨ ਗਾਥਾ ਨਾਲ ਜੁੜੀਆਂ ਰਹਿਣ। ਉਹਨਾਂ ਨੇ ਉਦਮ ਕੀਤਾ, ਉਪਰਾਲਾ ਕੀਤਾ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਇਹ ਸਾਰੀ ਜ਼ਮੀਨ ਮੁੱਲ ਲਈ ਕੇ ਇਹ ਗੁਰਦੁਆਰਾ ਤਿਆਰ ਹੋਇਆ। ਮੌਜੂਦਾ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਕਾਰ ਸੇਵਾ ਸਰਿਆਣੀ ਸਾਹਿਬ ਵਾਲੇ, ਜਿਨ੍ਹਾਂ ਨੇ ਗੁਰੂ ਕੇ ਪਿਆਰੋ ਇੱਥੇ ਇੱਕ ਗੁਰਮਤ ਵਿਦਿਆਲਾ ਖੋਲ੍ਹਿਆ ਹੈ, ਅਕੈਡਮੀ ਖੋਲ੍ਹੀ ਹੈ, ਜਿਹਦਾ ਨਾਂ ਰੱਖਿਆ ਹੈ ਭਾਈ ਮੱਖਣ ਸ਼ਾਹ ਲਬਾਣਾ ਅਤੇ ਭਾਈ ਲੱਖੀ ਸ਼ਾਹ ਵਣਜਾਰਾ। ਭਾਈ ਮੱਖਣ ਸ਼ਾਹ ਲਬਾਣਾ ਉਹ ਆ ਜਿਹਨੇ ਸਤਿਗੁਰੂ ਤੇਗ ਬਹਾਦਰ ਜੀ ਨੂੰ ਪ੍ਰਗਟ ਕੀਤਾ ਹੈ ਕਿ ਜਦੋਂ ਉਹਦਾ ਡੁੱਬਦਾ ਹੋਇਆ ਜਹਾਜ਼ ਸਤਿਗੁਰਾਂ ਨੇ ਬੰਨੇ ਲਾਇਆ ਅਤੇ 500 ਮੋਹਰ ਸੁੱਖੀ, ਅਤੇ ਜਦੋਂ ਚੜ੍ਹਾਉਣ ਆਇਆ ਬਾਬੇ ਬਕਾਲੇ ਬਾਈ ਬੈਠੇ ਮੰਜੀਆਂ ਡਹਿ ਕੇ, ਅਤੇ ਫਿਰ ਸਤਿਗੁਰ ਨੇ ਜੁਗਤੀ ਦੱਸੀ ਅਤੇ ਦੋ ਦੋ ਟੇਕੇ ਵੇਖੀ ਗਿਆ ਕੋਈ ਨਹੀਂ ਕੋਇਆ। ਫਿਰ ਭੋਰੇ ਦੇ ਵਿੱਚ ਜਾ ਕੇ ਜਦੋਂ ਸਤਿਗੁਰਾਂ ਦੇ ਮੋਹਰੇ ਦੋ ਰੱਖੀਆਂ ਅਤੇ ਸਤਿਗੁਰ ਕਹਿਣ ਲੱਗੇ ਭਲਿਆ ਮਾਨਸਾ 500 ਸੌਖੇ ਅਤੇ ਹੁਣ ਦੋ ਚੜ੍ਹਾਉਣਾ ਹੈ, ਅਤੇ ਫਿਰ ਉਦੋਂ ਢੰਡੋਰਾ ਫੇਰਿਆ ਗੁਰੂ ਲਾ ਦੋਰੇ ਗੁਰੂ ਲਾ ਦੋਰੇ। ਜਦੋਂ ਕਸ਼ਮੀਰੀ ਪੰਡਤਾਂ ਦੀ ਖਾਤਰ ਜਦੋਂ ਸਤਿਗੁਰੂ ਤੇਗ ਬਹਾਦਰ ਜੀ ਨੇ ਕਿਹਾ ਸੀ ਜਾ ਕੇ ਔਰੰਗਜ਼ੇਬ ਨੂੰ ਕਹਿ ਦਿਓ ਕਿ ਜੇ ਸਿੱਖਾਂ ਦਾ ਗੁਰੂ ਇਕੱਲਾ ਹੀ ਮੁਸਲਮਾਨ ਬਣ ਜਾਵੇ ਤਾਂ ਅਸੀਂ ਸਾਰੇ ਆਪਣੇ ਆਪ ਹੀ ਮੁਸਲਮਾਨ ਹੋ ਜਾਵਾਂਗੇ। ਅਤੇ ਉਦੋਂ ਲੱਖੀ ਸ਼ਾਹ ਮਜਾਰੇ ਨੇ ਜਦੋਂ ਸਤਿਗੁਰਾਂ ਨੇ ਸੀਸ ਭੇਟ ਕੀਤਾ ਅਤੇ ਉਹਨਾਂ ਦੇ ਧਰ ਦਾ ਸੰਸਕਾਰ ਕੀਤਾ ਆਪਦੇ ਘਰ ਖੜ ਕੇ। ਇੱਥੇ ਗੁਰੂ ਕੇ ਪਿਆਰਿਓ ਨਾਥ ਬੱਚੇ ਜਿਹੜੇ ਆ ਉਹਨਾਂ ਦਾ ਪਾਲਣ ਪੋਸ਼ਣ ਹੋ ਰਿਹਾ, ਉਹਨਾਂ ਨੂੰ ਸਕੂਲ ਦੀ ਪੜ੍ਹਾਈ ਵੀ ਕਰਾਈ ਜਾਂਦੀ ਹੈ, ਉਹਨਾਂ ਨੂੰ ਗੁਰਮਤਿ ਵਿੱਦਿਆ ਗੁਰਮਤਿ ਸੰਗੀਤ ਅਤੇ ਕੀਰਤਨ ਸਿਖਾਇਆ ਜਾਂਦਾ ਹੈ। ਜਿਸ ਟੋਕਰੀ ਵਿੱਚ ਤੁਸੀਂ ਸੰਗਤਾਂ ਹਿੱਸਾ ਪਾ ਰਹੇ ਹੋ ਇਹ ਉਹਨਾਂ ਨਾਥ ਬੱਚਿਆਂ ਦੇ ਵਾਸਤੇ ਹੈ, ਕਿਸੇ ਨੂੰ ਪਾਬੰਦੀ ਕੋਈ ਨਹੀਂ, ਆਪਦੀ ਸ਼ਰਧਾ ਭਾਵਨਾ ਨਾਲ ਹਿੱਸਾ ਪਾ ਕੇ ਆਪਾਂ ਲਾਭ ਪ੍ਰਾਪਤ ਕਰ ਸਕਦੇ। ਇਹਨਾਂ ਮਹਾਂਪੁਰਸ਼ਾਂ ਦੀਆਂ ਸੇਵਾਵਾਂ ਬੰਗਲਾਦੇਸ਼ ਦੇ ਵਿੱਚ 2004 ਤੋਂ ਸ਼ੁਰੂ ਆ 5 ਗੁਰਦੁਆਰਿਆਂ ਵਿੱਚ ਸੇਵਾਵਾਂ ਚੱਲ ਰਹੀਆਂ, ਜਿੱਥੇ ਗੁਰੂ ਨਾਨਕ ਦੇਵ ਜੀ ਭਾਈ ਬਾਲਾ ਅਤੇ ਮਰਦਾਨਾ ਜੀ ਢਾਕੇ ਦੀ ਧਰਤੀ 'ਤੇ ਗਏ ਸੀ ਅਤੇ ਉੱਥੇ ਮਰਦਾਨੇ ਨੂੰ ਉਹਨਾਂ ਨੇ ਜਾਦੂ ਦੇ ਨਾਲ ਪੇਡੂ ਬਣਾ ਕੇ ਬੰਨ ਲਿਆ ਸੀ। 9ਵੇਂ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਉਸ ਧਰਤੀ 'ਤੇ ਪਹੁੰਚੇ ਆ। ਉੱਥੇ ਇਹ ਸੰਗਤਾਂ ਨੂੰ ਦਰਸ਼ਨ ਕਰਨ ਵਾਸਤੇ ਸਾਲ ਦੇ ਵਿੱਚ 2 ਵਾਰੀ ਭੇਜਦੇ ਆ, ਇੱਕ ਵਾਰੀ ਅਪ੍ਰੈਲ ਮਹੀਨੇ ਵਿੱਚ ਵਿਸਾਖੀ 'ਤੇ, ਇੱਕ ਵਾਰੀ ਨਵੰਬਰ ਮਹੀਨੇ ਵਿੱਚ ਗੁਰੂ ਨਾਨਕ ਦੇ ਗੁਰਪੁਰਬ 'ਤੇ। ਕਿਸੇ ਵੀ ਗੁਰਮੁਖ ਪਿਆਰੇ ਨੇ ਬੰਗਲਾਦੇਸ਼ ਦੇ ਗੁਰਦੁਆਰਿਆਂ ਦੇ ਦਰਸ਼ਨ ਕਰਨ ਜਾਣਾ ਹੋਵੇ ਤਾਂ ਇਹਨਾਂ ਮਹਾਂਪੁਰਸ਼ਾਂ ਨਾਲ ਸੰਪਰਕ ਕਰਕੇ ਜਾ ਸਕਦਾ ਹੈ। ਉਹਦੇ ਵਾਸਤੇ ਜਿਹੜਾ ਪਾਸਪੋਰਟ ਆ ਉਹ ਹੋਣਾ ਜ਼ਰੂਰੀ ਹੈ। ਸੋ ਗੁਰੂ ਕੇ ਪਿਆਰੇ ਹੋਏ ਸਾਰੀਆਂ ਸੇਵਾਵਾਂ ਗੁਰੂ ਨਾਨਕ ਦੀ ਕਿਰਪਾ ਨਾਲ ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੀਆਂ ਅਤੇ ਚੱਲਦੀਆਂ ਜਾਂਦੀਆਂ ਹੈ। ਸਾਰੀਆਂ ਸੰਗਤਾਂ ਨੂੰ ਜੀ ਆਇਆਂ ਨੂੰ ਆਪ ਵਧਾਈ ਦੇ ਪਾਤਰ ਹੋ ਜੋ ਸੱਚਖੰਡ ਸ੍ਰੀ ਗੁਰੂ ਸਾਹਿਬ ਜੀ ਦੀ ਧਰਤੀ 'ਤੇ ਪਹੁੰਚੇ ਹੋ। ਸਤਿਗੁਰੂ ਨਾਨਕ ਦੇਵ ਜੀ ਕਿਰਪਾ ਕਰਨ, ਰਹਿਮਤ ਕਰਨ, ਸਾਰਿਆਂ ਦੀ ਯਾਤਰਾ ਸਫਲ ਹੋਵੇ। ਦਰੋਂ ਘਰੋਂ ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ, ਮੇਰਾ ਮਨ ਤਨ ਸੀਤਲ ਹੋਏ। ਗੁਰੂ ਕੇ ਪਿਆਰੇ ਆਪਾਂ ਵੀ ਗੁਰੂ ਨਾਨਕ ਦੇ ਘਰੋਂ ਨਾਮ ਦੀ ਦਾਤ, ਸਿਮਰਨ ਦੀ ਦਾਤ, ਗੁਰਬਾਣੀ ਦੀ ਦਾਤ, ਗੁਰਮਤ ਦੀ ਦਾਤ ਅਤੇ ਗੁਰਸਿੱਖੀ ਦੀ ਦਾਤ ਮੰਗੀਏ। ਸਤਿਗੁਰ ਕਿਰਪਾ ਕਰੇ, ਪਰਿਵਾਰਾਂ ਵਿੱਚ ਸਰੂਥ ਪਾਕ ਬਖਸ਼ੇ, ਤੰਦਰੁਸਤੀਆਂ ਬਖਸ਼ੇ, ਬੱਚਿਆਂ ਨੂੰ ਵਿਦਿਆ ਦਾ ਦਾਨ ਦੇਵੇ, ਹੋਈਆਂ ਭੁੱਲਾਂ ਗਲਤੀਆਂ ਮਾਫ ਕਰਿਓ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।